ਐਸਐਸਪੀ ਸਾਹਿਬ ਦੇ ਹੁਕਮਾਂ ਨਾਲ ਸਾਡੀ ਪੀਸੀਆਰ ਚੱਲਦੀ ਹੈ ਨਾ ਜਿਹੜੀ, ਉਹ ਮਤਲਬ ਸਕੂਲ ਕਾਲਜ ਪਾਰਕ ਵਗੈਰਾ ਸਾਰੇ ਉਹਨਾਂ ਡਿਊਟੀ ਲਾਈ ਹੋਈ ਹੈ ਵੀ ਜਿੱਦਾਂ ਸਕੂਲ ਕਾਲਜ ਦੇ ਮੁੰਡੇ ਕੁੜੀਆਂ ਪੜ੍ਹਨ ਆਉਂਦੇ ਨੇ, ਬਾਅਦ ਵਿੱਚ ਆਪਣਾ ਟਾਈਮ ਪਾਸ ਕਰਨ ਲਈ ਪਾਰਕਾਂ 'ਚ ਹੁੰਦੇ ਨੇ, ਉਹ ਆ ਕੇ ਇੱਥੇ ਮਤਲਬ ਗਲਤ ਕੰਮ ਕਰਦੇ ਵਿਹਲੇ ਬੈਠੇ ਹੁੰਦੇ। ਸਾਨੂੰ ਰੋਜ਼ ਕੰਪਲੇਂਟ ਆ ਰਹੀ ਸੀ, ਘਰਦਿਆਂ ਦੀ ਅੱਖਾਂ 'ਚ ਘੱਟਾ ਪਾਉਂਦੇ ਨੇ ਆ ਕੇ ਵੀ ਆਪਾਂ ਸਕੂਲ ਗਏ ਕਾਲਜ ਗਏ ਹਾਂ, ਫਿਰ ਆਪਾਂ ਸਾਨੂੰ ਕੰਪਲੇਂਟ ਗਈ ਅਸੀਂ ਉਧਰੋਂ ਆ ਕੇ ਜਦੋਂ ਦੇਖਿਆ ਬਹੁਤ ਮਤਲਬ ਕੁੜੀਆਂ ਮੁੰਡੇ ਇੱਥੇ ਬੈਠੇ ਹੋਏ ਸੀ, ਉਹਨਾਂ ਨੂੰ ਆ ਕੇ ਆਪਾਂ ਪਹਿਲਾਂ ਪਿਆਰ ਨਾਲ ਸਮਝਾਇਆ, ਨਹੀਂ ਸਮਝੇ ਫਿਰ ਆਪਾਂ ਉਹਨਾਂ ਨੂੰ ਦੂਸਰੀ ਤਰ੍ਹਾਂ ਵੀ ਸਮਝਾਇਆ ਵਾ, ਫਿਰ ਉਹਨਾਂ ਨੂੰ ਇੱਥੋਂ ਸਾਰਿਆਂ ਨੂੰ ਭਜਾਇਆ ਵਾ ਵੀ ਇੱਥੇ ਅੱਜ ਤੋਂ ਬਾਅਦ ਨਹੀਂ ਇੱਥੇ ਬੈਠਣਾ ਹੈਗਾ ਆਣ ਕੇ। ਦੇਖੋ ਅਗਰ ਪੁਲਿਸ ਨੂੰ ਚੁੱਕੇਗੀ ਤਾਂ ਮਾਂ ਪਿਓ ਚੁੱਕਣਗੇ, ਬਟ ਮਾਂ ਪਿਓ ਨੂੰ ਤਾਂ ਪਤਾ ਨਹੀਂ ਨਾ ਸਾਡਾ ਬੱਚਾ ਕਿੱਥੇ ਗਿਆ, ਜਾਂ ਉਹਦੀ ਜਗ੍ਹਾ ਕੋਈ ਵੀ ਹੁੰਦਾ ਤਾਂ ਮੈਨੂੰ ਲੱਗਦਾ ਕਿ ਅਗਰ ਮਾਂ ਵੀ ਹੁੰਦੀ ਤਾਂ ਉਹ ਸ਼ਾਇਦ ਉਹਨੂੰ ਵੱਢ ਹੀ ਦਿੰਦੀ। ਹੁਣ ਤਾਂ ਵੀ ਮੈਂ ਹੱਥ ਹੀ ਚੁੱਕਿਆ ਵਾ, ਸੱਚਾਈ ਵੀ ਇਹੀ ਹੈ ਕਿ ਇੱਕ ਪਾਸੇ ਆਪਾਂ ਤੁਹਾਡੀ ਲੜਾਈ ਲੜਨ ਡੇ ਬੱਚਿਆਂ ਦੀ ਕਿ ਕੁੜੀਆਂ ਨੂੰ ਬਚਾਓ ਪੜ੍ਹਾਓ ਜਾਂ ਕੁਛ ਵੀ, ਤਾਂ ਉੱਥੇ ਅਗਰ ਕੁੜੀਆਂ ਆਪ ਹੀ ਜਾ ਕੇ ਪਬਲਿਕ ਪਲੇਸ 'ਤੇ ਆਪਾਂ ਗਲਤ ਕੰਮ ਕਰਨਗੀਆਂ ਜਾਂ ਲੜਕੇ ਗਲਤ ਕੰਮ ਕਰਨਗੇ ਤਾਂ ਕਿੰਨੀ ਸ਼ਰਮਨਾਕ ਹਰਕਤ ਹੈ ਕਿ ਉੱਥੇ ਪਬਲਿਕ ਸਾਰੀ ਬੈਠੀ ਹੈ, ਸਾਡੇ ਬਜ਼ੁਰਗ ਲੋਕ ਬੈਠੇ ਨੇ ਅਤੇ ਆਹ ਕੁਛ ਕਰਨ ਡੇ ਨੇ। ਅਗਰ ਤੁਸੀਂ ਇਹ ਕੁਛ ਕਰਨਾ ਤਾਂ ਘਰ ਜਾਓ ਜਾਂ ਬੜਾ ਕੁਛ ਹੈਗਾ ਉਹ ਤਾਂ ਚਲੇ ਜਾਓ, ਬਟ ਤੁਹਾਨੂੰ ਇੱਕ ਮਾਂ ਪਿਓ ਨੇ ਘਰੋਂ ਪੜ੍ਹਨ ਵਾਸਤੇ ਭੇਜਿਆ ਵਾ, ਤੁਸੀਂ ਆਈਲੈਟਸ ਕਰਨ ਵਾਸਤੇ ਆਏ ਹੋ, ਉਹਦੀ ਇੱਕ ਪਾਰਕ 'ਤੇ ਪਬਲਿਕ ਪਲੇਸ 'ਤੇ ਗੰਦੀਆਂ ਹਰਕਤਾਂ ਕਰਨ ਡਿਓ, ਚਾਚੇ ਮੁੰਡੇ ਇਕੱਲੀ ਇਕੱਲੀ ਕੁੜੀ, ਅਤੇ ਸ਼ਰਮ ਕਰ ਲਓ। ਮੈਨੂੰ ਲੱਗਦਾ ਕਿ ਜੋ ਕੀਤਾ ਪੁਲਿਸ ਨੇ ਬਹੁਤ ਵਧੀਆ ਕੀਤਾ, ਜੇ ਉਹਦੇ ਮਾਂ ਪਿਓ ਹੁੰਦੇ ਤਾਂ ਮੈਨੂੰ ਲੱਗਦਾ ਕਿ ਉਹ ਵੱਢ ਹੀ ਦਿੰਦੇ।